ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੱਲਾਵਾਲੇ ਵਿਖੇ ਧੰਨਵਾਦ ਰੇਲ ਗੱਡੀ ਦੀ ਟੱਕਰ ਨਾਲ ਨੌਜਵਾਨ ਲੜਕੀ ਦੀ ਮੌਤ। ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੱਲਾਵਾਲੇ ਵਿਖੇ ਧੰਨਵਾਦ ਰੇਲ ਗੱਡੀ ਦੀ ਟੱਕਰ ਨਾਲ ਨੌਜਵਾਨ ਲੜਕੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੱਲਾਵਾਲੇ ਤੋਂ ਮਖੂ ਨੂੰ ਧੰਨਵਾਦ ਜਾ ਰਹੀ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਕਰੀਬ 17 ਸਾਲ ਦੀ ਲੜਕੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਰਿਹਾ ਹੈ। ਮੱਲਾਵਾਲੇ ਤੋਂ ਵਿਸ਼ੇਸ਼ ਰਿਪੋਰਟ ਗੌਰਵ ਪਟੇਜਾ ਦੀ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਹੁਣੇ ਯੂਟਿਊਬ 'ਤੇ ਜਾ ਕੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਆਲ ਘੰਟੀ 'ਤੇ ਕਲਿੱਕ ਕਰੋ ਤਾਂ ਕਿ ਪੰਜਾਬ ਭਰ ਦੀਆਂ ਖਬਰਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਜੇਕਰ ਤੁਸੀਂ ਫੇਸਬੁੱਕ 'ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਲਾਈਕ ਜ਼ਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਸਾਡੇ ਟਵਿੱਟਰ ਹੈਂਡਲ, ਇੰਸਟਾਗ੍ਰਾਮ, ਡੇਲੀ ਹੰਟ, ਸ਼ੇਅਰਚੈਟ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਿਓ। ਤੁਹਾਡੇ ਤੱਕ ਪਹੁੰਚਾਵਾਂਗੇ ਹਰ ਨਵੀਂ ਤਾਜ਼ੀ ਜਾਣਕਾਰੀ ਅਤੇ ਪੰਜਾਬ ਦੀਆਂ ਦੇਸ਼ ਵਿਦੇਸ਼ ਦੀਆਂ ਖਾਸ ਖਬਰਾਂ। ਹਮਦਾਲਾ ਉਤਾੜ ਜੀ, ਇਹ ਜੋ ਘਟਨਾ ਵਾਪਰੀ ਇਹ ਕੌਣ ਸੀ? ਇਹ ਜੀ ਮੇਰੇ ਗਵਾਂਢੀ ਨੇ, ਬੱਚੀ ਇੱਥੇ ਆਈਲੈਟਸ ਦਾ ਕੋਰਸ ਕਰਦੀ ਹੈ। ਇਹ ਕੁਛ ਚੀਜ਼ ਲੈਣ ਲਈ ਇੱਧਰੋਂ ਵੀ ਲਾਈਨ ਨੂੰ ਕ੍ਰੋਸ ਕਰਦੀ ਪਈ ਸੀ, ਫਾਟਕ ਲੱਗਾ ਹੋਣ ਕਰਕੇ ਬੱਚੇ ਦਾ ਪੈਰ ਅੜ ਕੇ ਡਿੱਗਣ ਕਾਰਨ ਗੱਡੀ ਤੇਜ਼ ਸੀ ਸ਼ਤਾਬਦੀ, ਇੱਥੇ ਆਉਂਦੀ ਕੋਈ, ਇਹ ਉਹ ਰੁਕਦੀ ਨਹੀਂ ਹੈ ਸਟੇਸ਼ਨ 'ਤੇ, ਬਹੁਤ ਤੇਜ਼ ਲੰਘਦੀ ਹੈ, ਬੱਚੇ ਨੂੰ ਪਤਾ ਨਹੀਂ ਲੱਗਿਆ, ਇਸ ਕਰਕੇ ਫੇਟ ਵੱਜਣ ਨਾਲ ਬੱਚੇ ਦੀ ਮੌਤ ਹੋ ਗਈ ਹੈ ਜੀ। ਹਰਜੀਤ ਕੌਰ ਸੀ, 17 ਸਾਲ ਉਮਰ ਹੈ ਜੀ ਵਿਚਾਰੀ ਦੀ, ਆਈਲੈਟਸ ਕਰ ਰਹੀ ਸੀ ਅਜੇ। ਹਾਂਜੀ, ਮਾਤਾ ਕਹਿੰਦੇ ਪਿਤਾ ਦਾ ਨਾਮ ਲਖਵਿੰਦਰ ਸਿੰਘ ਜੀ। ਹਾਂਜੀ, ਜੱਟ ਬਰਾਦਰੀ ਨੂੰ ਇਹ ਬਿਲੋਂਗ ਕਰਦੇ ਜੀ, ਪਰ ਬਹੁਤ ਪੂਅਰ ਫੈਮਿਲੀ ਹੈ ਜੀ। ਇੱਕ 3:30 ਦੀ, 3:30 ਜਦੋਂ ਟ੍ਰੇਨ ਆਉਂਦੀ ਜੀ, 4:30 ਤਕਰੀਬਨ ਇੰਨੀ ਟ੍ਰੇਨ ਫਿਰੋਜ਼ਪੁਰ ਤੋਂ ਆ ਰਹੀ ਸੀ। ਧੰਨਵਾਦ। ਪ੍ਰਸ਼ਾਸਨ ਤੋਂ, ਗਰੀਬ ਪਰਿਵਾਰ ਹੈ ਜੀ, ਜਿੰਨੀ ਵੱਧ ਤੋਂ ਵੱਧ ਪ੍ਰਸ਼ਾਸਨ ਮਦਦ ਕਰ ਸਕਦਾ ਕਰੇ ਜੀ, ਬਹੁਤ ਧੱਕਾ ਹੋਇਆ ਜੀ। ਦੇਖੋ ਜੀ, ਹਾਂਜੀ, ਆਈਲੈਟਸ ਇੱਥੇ ਆਪਣੇ ਮੱਲਾਂ ਵਾਲੇ ਸੈਂਟਰ 'ਚ ਕਰਦੀ ਸੀ। ਹਾਂਜੀ, ਡੇਲੀ ਆਉਂਦੀ ਸੀ ਜੀ, ਨਾਲ 16:46 ਦੀ ਗੱਡੀ ਫਿਰੋਜ਼ਪੁਰ ਤੋਂ ਆ ਰਹੀ ਸੀ। ਮੈਂ ਤਾਂ ਫਾਟਕ 'ਤੇ ਖੜਾ ਸੀ, ਗੇਟ ਤੋਂ ਅੱਗੇ ਲਾਈਨ ਕ੍ਰੋਸ ਕਰ ਰਹੀ ਸੀ, ਗੱਡੀ ਇੱਧਰੋਂ ਜਾ ਰਹੀ ਸੀ, ਫਿਰੋਜ਼ਪੁਰ ਤੋਂ ਮਖੂ ਜਾ ਰਹੀ ਸੀ। ਹਾਂ, ਮੇਰਾ ਨਾਮ ਅਕਸ਼ ਕੁਮਾਰ। ਇਹਦੇ ਬਾਰੇ ਜੀ, ਇੱਕ ਲੜਕੀ ਹੈ 17 ਕੁ ਸਾਲ ਦੀ, ਜੋ ਆਈਲੈਟਸ ਕਰਦੀ ਸੀ ਮਹੂ ਮੱਲਾਂ ਵਾਲਾ ਰੇਲਵੇ ਸਟੇਸ਼ਨ 'ਤੇ, ਇਹ ਲਾਈਨਾਂ ਕ੍ਰਾਸ ਕਰ ਰਹੀ ਸੀ, ਲਾਈਨਾਂ ਕ੍ਰਾਸ ਕਰਦੀ ਹੋਈ ਅਚਾਨਕ ਰੇਲ ਗੱਡੀ ਦੀ ਥੱਲੇ ਆ ਗਈ, ਜਿਸ ਦਾ ਨਾਂ ਹਰਜੀਤ ਕੌਰ ਹੈ, ਉਰਫ ਜੀਤੂ, ਡਾਕਟਰ ਆਫ ਲਖਵਿੰਦਰ ਸਿੰਘ, ਜਾਤ ਜੱਟ ਸਿੱਖ, ਪਿੰਡ ਹਾਮਦਵਾਲਾ ਉਤਾੜ, ਅਤੇ ਉੱਥੋਂ ਦੀ ਰਹਿਣ ਵਾਲੀ ਹੈ, ਜਿਹੜੀ ਅਚਾਨਕ ਲਾਈਨਾਂ ਕ੍ਰਾਸ ਕਰਦੀ ਰੇਲ ਗੱਡੀ ਥੱਲੇ ਆਈ ਹੈ, ਕਿਉਂਕਿ ਟ੍ਰੇਨ ਜਿਹੜੀ ਰਨ ਥਰੂ ਸੀ, ਇਸ ਲੜਕੀ ਨੂੰ ਸ਼ਾਇਦ ਇਹ ਭੁਲੇਖਾ ਰਹਿ ਗਿਆ ਵੀ ਗੱਡੀ ਸਟੇਸ਼ਨ 'ਤੇ ਖੜੂਗੀ, ਪਰ ਰਨ ਥਰੂ ਹੋਣ ਕਰਕੇ, ਕਿਉਂਕਿ ਮੱਲਾਂ ਵਾਲੀ ਟ੍ਰੇਨ ਨਹੀਂ ਰੁਕਦੀ, ਇਸ ਕਰਕੇ ਇਹ ਗੱਡੀ ਦੀ ਲਪੇਟ 'ਚ ਆ ਗਈ ਅਤੇ ਇਹਦੀ ਮੌਕਾ ਪਰ ਮੌਤ ਹੋ ਗਈ। ਹਾਂਜੀ, ਫਾਟਕ ਬੰਦ ਸੀ, ਫਾਟਕ ਬੰਦ ਸੀ, ਫਾਟਕ ਦੇ ਉੱਪਰ ਦੀ ਹੋ ਕੇ ਲਾਈਨਾਂ ਕ੍ਰੋਸ ਕਰ ਰਹੀ ਸੀ, ਫਾਟਕ ਤੋਂ ਸਾਈਡ ਤੋਂ ਦੀ ਹੋ ਗਈ। 174 ਦੀ ਕਾਰਵਾਈ ਕੀਤੀ ਜਾ ਰਹੀ ਹੈ, ਨਕਸ਼ਾ ਮਰਗ ਨੰਬਰ 12, ਮਿਤੀ ਅੱਜ ਦੀ, ਅਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।